देश भर 17 तरीक तक बेशक लॉकडाउन बढ़ा दिता गया तो पंजाब के पहले ही कर्फ्यू जो 17 मई तक किया गया है, पर इस दे बावजूद बहुत सारे जोड़े इस तरह के नशा तस्कर ने इस लॉकडाउन तो इस कर्फ्यू के जी अपनी नशे की जी सप्लाई करने तो बाज नहीं आते, पर कितना कितने फिर भी ये पुलिस दी बाज अखां तो बच नहीं सके। अज मोहाली पुलिस वालों इस तरह के एक नशा तस्कर नूं फड़िया जो गड्डी दे विच नशा लको के जिहड़ा सप्लाई कर रहा सी। पता लग्या कि जम्मू तो एक जिहड़ा ट्रक मोहाली तो जिहड़ा जम्मू दवाइयां दे आड़ दे विच उत्थे जांदा सी ते वापसी ते आउंदा होया जिहड़ा नशे दी जिहड़ी आ ये खेप लैके आउंदा सी। दस्सिया जा रिहा कि ये वो चीज़ां ने जहाँ जिथे लकोइया होया सीगा अंदर ये एक बड़ी ला के जी पट्टी ला के दोबारा उन्होंने जो शक होया तो इन्होंने चैक किया तो अंदर जोड़ा नशा जोड़ा पुक्की ਸੀਗੀ ਜਿਹਦੇ ਅੰਦਰੋਂ ਬਰਾਮਦ ਹੋਈ ਆ। ਪੁਲਿਸ ਨੇ ਵੱਡੀ ਜਿਹੜੀ ਆ ਮੁਸਤੈਦੀ ਜਿਹੜੀ ਦਿਖਾਈ ਆ ਤੇ ਉਹਨਾਂ ਨੂੰ ਸ਼ੱਕ ਪਿਆ ਕਿ ਨਵੇਂ ਜਿਹੜੇ ਪੇਚ ਲੱਗੇ ਹੋਏ ਨੇ, ਜਿਸ ਤੋਂ ਉਹਨਾਂ ਨੇ ਜਦੋਂ ਗੱਡ ਚ ਰੋਕ ਕੇ ਚੈੱਕ ਕੀਤਾ ਤਾਂ ਉਹਦੇ 7 ਕਿਲੋ ਦੇ ਕਰੀਬ ਜਿਹੜੀ ਆ ਪੁੱਕੀ ਜਿਹੜੀ ਆ ਬਰਾਮਦ ਹੋਈ ਆ। ਸਾਡੇ ਨਾਲ ਨੇ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਜੀ। ਮੰਡ ਸਾਹਿਬ, ਕਿਸ ਤਰ੍ਹਾਂ ਜਿਹੜੀ ਆ ਸੂਚਨਾ ਮਿਲੀ ਸੀ ਕਿੱਥੋਂ ਗੱਡੀ ਆ ਰਹੀ ਸੀ ਤੇ ਕਿੰਨਾ ਜਿਹੜਾ ਨਸ਼ਾ ਬਰਾਮਦ ਹੋਇਆ? ਮਾਨਯੋਗ SSP ਮੋਹਾਲੀ ਸ੍ਰੀ ਕੁਲਦੀਪ ਸਿੰਘ ਚਾਹਲ ਜੀ ਦੀ ਹੁਕਮਾਂ ਨਾਲ ਮੋਹਾਲੀ ਵਿੱਚ 24 ਘੰਟੇ ਦੀ ਨਾਕਾਬੰਦੀ ਲੱਗੀ ਹੋਈ ਆ। ਅਸੀਂ ਦੌਰਾਨੇ ਨਾਕਾਬੰਦੀ ਜਿੰਨੇ ਵੀ ਵਹੀਕਲ ਆਉਂਦੇ ਆ ਬਾਹਰੋਂ ਆਉਂਦੇ ਆ ਉਹ ਅਸੀਂ ਸਾਰੇ ਬਰੀਫਲੀ ਚੈੱਕ ਕਰਦੇ ਆ, ਥਾਰੋਲੀ ਚੈੱਕ ਕਰਦੇ ਆ। ਉਹ ਸਾਨੂੰ ਇਨਫੋਰਮੇਸ਼ਨ ਸੀ ਕੁਝ ਟਰੱਕ ਜਿਹੜੇ ਹੈਗੇ ਇੱਥੋਂ ਮੈਡੀਸਨ ਲੈ ਕੇ ਜਾਂਦੇ ਆ ਬਾਹਰਲੀਆਂ ਸਟੇਟਾਂ ਦੇ ਵਿੱਚ, ਉੱਥੋਂ ਨਸ਼ਾ ਲੈ ਕੇ ਆਉਂਦੇ ਆ। ਤੇ ਅਸੀਂ ਜਦੋਂ ਟਰੱਕ ਨੂੰ ਰੋਕਿਆ, ਟਰੱਕ ਰੋਕਣ ਜਦੋਂ ਅਸੀਂ ਦੇਖਿਆ ਇੱਥੇ ਇਹ ਤਾਜ਼ੀਆਂ ਰਿਫਟਾਂ ਸੀਲ ਲੌਕ ਲੱਗੇ ਹੋਏ ਸੀ। ਇਹਨੂੰ ਪੱਟ ਕੇ ਦੇਖਿਆ ਤਾਂ ਇਹਦੇ ਵਿੱਚ ਜਿਹੜੇ ਹੋਲ ਆ, ਹੋਲ ਦੇ ਵਿੱਚ ਪੈਕਟ ਛਪਾਏ ਹੋਏ ਸੀਗੇ। ਡਰਾਈਵਰ ਨੂੰ ਅਸੀਂ ਕਾਬੂ ਕਰਕੇ ਉਹਦੇ ਕੋਲ ਇੱਕ ਲੋਹੇ ਦੀ ਕੁੰਡੀ ਆ, ਉਹਦੇ ਨਾਲ ਉਹਨੇ ਸਾਰੇ ਪੈਕਟ ਬਾਹਰ ਕੱਢੇ ਤਾਂ 29 ਪੈਕਟ ਬਰਾਮਦ ਹੋਏ ਸੀਗੇ। ਕਿੰਨੇ ਕਿਲੋ ਹੈ ਉਹਦਾ weight ਟੋਟਲ ਬਣ ਕੇ 7 ਕਿਲੋ 30 ਗ੍ਰਾਮ weight ਸੀਗਾ। ਅਸੀਂ ਮੌਕੇ ਤੇ ਡਰਾਈਵਰ ਨੂੰ ਕਾਬੂ ਕਰ ਲਿਆ, ਗ੍ਰਿਫਤਾਰ ਕਰ ਲਿਆ, ਟਰੱਕ ਨੂੰ ਕਬਜ਼ੇ 'ਚ ਲੈ ਲਿਆ ਤੇ ਮੁਕੱਦਮਾ ਦਰਜ ਕਰ ਦਿੱਤਾ ਜੀ। ਉਹ ਜਿਹੜਾ ਮੂਹਰੇ ਅੱਗੇ ਪਾਸ ਵੀ ਲੱਗਿਆ ਉਹ ਲੱਗੇ ਉੱਤੇ ਵੀ ਹਾਂ ਜਾ ਸਕਦਾ, ਕਿਉਂਕਿ ਮੈਡੀਕਲ ਜਿਹੜੇ ਸਪਲਾਈ ਦੀ ਹੁੰਦੀ ਹੈ ਜ਼ਿਆਦਾਤਰ ਨਹੀਂ ਰੋਕਦੇ ਪੁਲਿਸ ਵਾਲੇ, ਇਸ ਕਰਕੇ ਸ਼ਾਇਦ ਨਾਕੇ ਤੇ ਨਹੀਂ ਰੋਕੇ ਗਏ। नहीं जी, हो सकता पिछे ना, पर असी साढ़े SSP साहब दे हदायतां जे अगे कोविड-19 का बोर्ड भी लगा वो तो एक कंप्यूटराइज प्रिंट आ, कोई भी ला सकता। असी उन्हां दा जिहड़ा SDM साहब वालों, सरकार वालों, अथॉरिटी वालों पास जारी असी वो जरूर चैक करते हैं। वो तो बगैर सानू उहदी अथेंटिक का पता नहीं लगता, क्योंकि कंप्यूटराइज प्रिंट ABC कोई भी उन्हें प्रिंट करके अपने वहीकल ते चिपका सकता। पर असी सरकार दे हदायतां वाला ਅਸੀਂ ਉਹਦਾ ਲਾਇਸੈਂਸ ਜ਼ਰੂਰ ਚੈੱਕ ਕਰਦੇ ਹਾਂ, ਉਸ ਤੋਂ ਬਗੈਰ ਅਸੀਂ ਕਿਸੇ ਨੂੰ ਜਾਣ ਨਹੀਂ ਦਿੰਦੇ। ਬਿਲਕੁਲ ਮੰਡ ਸਾਹਿਬ ਦਾ ਕਹਿਣਾ ਕਿ ਅਸੀਂ ਜਿਹੜਾ ਇਹ ਕੋਵਿਡ-19 ਦਾ ਬੇਸ਼ੱਕ ਉਹਨਾਂ ਨੇ ਬੋਰਡ ਵੀ ਲੱਗਿਆ ਸੀ, ਹੋ ਸਕਦਾ ਕਿ ਜ਼ਿਆਦਾਤਰ ਨਾਕਿਆਂ ਤੇ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਅਣਗਹਿਲੀ ਵਰਤੀ ਹੋਵੇ, ਕਿਉਂਕਿ ਜੰਮੂ ਦੌਰੇ ਤੱਕ ਆਉਣਾ ਸ਼ਾਇਦ ਇਹ ਜਿਹੜਾ ਕੋਵਿਡ-19 ਦਾ ਜਿਹੜਾ ਬੋਰਡ ਲੱਗਿਆ ਜਾਂ ਉਹਦਾ ਜਿਹੜਾ ਪ੍ਰਿੰਟ ਲੱਗਿਆ ਹੋਇਆ, ਸ਼ਾਇਦ ਅਸੀਂ ਵੀ ਕਈ ਵਾਰ ਦੇਖਦੇ ਧਿਆਨ ਦਿੰਦੇ ਕਿ ਹਾਂ ਇਹ ਜਿਹੜੀ ਆ ਮੈਡੀਕਲ ਸਪਲਾਈ ਵਾਲੀ ਆ ਜਾਂ ਕਿਤੇ ਹੋਰ ਜਿਹੜਾ ਸਪਲਾਈ ਜਾ ਰਹੀ ਆ, ਪਰ ਕਿਤੇ ਨਾ ਕਿਤੇ ਇਸ ਕਰਫਿਊ ਦੇ ਬਾਵਜੂਦ ਇੱਥੇ ਤੱਕ ਪਹੁੰਚਣਾ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਹੁੰਦਾ। ਪਰ ਮੋਹਾਲੀ ਪੁਲਿਸ ਦੀਆਂ ਜਿਹੜੀਆਂ ਪੈਨੀਆਂ ਨਜ਼ਰਾਂ ਤੋਂ ਨਹੀਂ ਬਚ ਸਕਿਆ ਤੇ ਪੁਲਿਸ ਵੱਲੋਂ ਨਾਕੇ ਤੇ ਇਹਨਾਂ ਨੂੰ ਜਿਹੜਾ ਡਰਾਈਵਰਾਂ ਨੂੰ ਗ੍ਰਿਫਤਾਰ ਕਰ ਲਿਆ ਤੇ 7 ਕਿਲੋ ਤੋਂ ਜਿਹੜਾ ਜ਼ਿਆਦਾ ਜਿਹੜਾ ਪੁੱਕੀ ਬਰਾਮਦ ਕਰਕੇ ਉਹਦੇ ਖਿਲਾਫ ਮਾਮਲਾ ਦਰਜ ਕਰਕੇ ਕੋਰਟ 'ਚ ਪੇਸ਼ ਕਰ ਦਿੱਤਾ, ਜਿੱਥੇ ਪੁਲਿਸ ਵੱਲੋਂ ਹੁਣ ਹੋਰ ਜਿਹੜੀ ਪੁੱਛਗਿੱਛ ਕੀਤੀ जा रही है कि कितों जो माल लैके तो कितने कितने सप्लाई करता सी। मोहाली तो कैमरामैन मंदी गौतम नाला गुरदीप बैनीपाल, डेली पोस्ट पंजाबी। सत श्री अकाल। जे तुसी कैनेडा स्टूडेंट वीजे ते जाना चाहते हो पर IELTS विच ओवरऑल तो 6 आ गए, एक विच 5.5 बैंड करके डरते हो, या कैनेडा का स्टूडेंट वीज़ा रिफ्यूज़ करवा बैठे हो, या स्टडी गैप ज़्यादा होने करके सोचते हो कि कितने रिफ्यूजल ना आ जाए, तो अज ही पिरामिड सर्विसेज नूं मिलो और कैनेडा जाने दे अपने सुपने नूं साकार करो।